सस्टिकाल तुस देख रहे हो फैक्ट न्यूज़ ते मैं सिमरन धालीवाल। कुदरत दी मार एक गरीब परिवार दे घर ते पई है। बीती शाम भारी बरसात दे कारण एक गरीब परिवार दा घर ढह ढेरी हो गया। ये तस्वीरां तुहानू असीं स्क्रीन ते विखाउण लगे हैं। तस्वीरां गरीब परिवार दे घर दीआं ने। जी हाँ, गरीब परिवार दा एक घर है जिसकी छत डिग गई है अते सारा घर ढह ढेरी हो गया अते एक औरत भी मलबे दे विच फस गई है। पिछले कई दिनों तो पै रही बरसात कारण पूरा पंजाब सूबा पानी पानी होया पै। उथे ही बीते कल सौन महीने की पहली बरसात नाल हलका डेरा बाबा नानक दे पिंड शाहपुर जाजन विच एक गरीब परिवार की कमरे की छत डिगन दे नाल एक औरत गंभीर रूप दे नाल जख्मी हो गई है। उथे ही गवांडियां की मदद दे नाल मलबे हेठों उस औरत नूं कढ़िया गया अते नाल ही हस्पताल दे विच दाखिल करवाया गया। आओ तुहानूं सुणाउने आं कि इस जख्मी औरत का अते नाल ही परिवारिक मैंबरां का इस बारे की कहना है। ਭਾਜੀ ਇਹ ਤੇ ਮੇਰੇ ਲਾਗੇ ਲੇਟੇ ਹੋਏ ਸੀ। ਹਾਂਜੀ ਜੀ। ਤੇ ਇਹ ਅੰਦਰ ਉੱਠ ਕੇ ਗਏ ਨੇ ਤੇ ਇਹ ਕਹਿੰਦੇ ਨੇ ਕਿ ਮਤਲਬ ਛੱਤ ਤੇ ਚੂਹਾ ਚੜਿਆ ਹੋਇਆ ਵਾ। ਇਹਨਾਂ ਨੂੰ ਨਹੀਂ ਇਸ ਗੱਲ ਦਾ ਪਤਾ ਸੀ ਕਿ ਸੱਤ ਦੇ ਬਲ ਜਿਹੜੇ ਆ ਕਿ ਕਿੜ ਕਿੜ ਕਰ ਰਹੇ ਆ। ਇਹਨਾਂ ਨੇ ਬਸ ਅੰਦਰ ਉੱਠ ਕੇ ਇਹ ਵੇਖਣ ਦੀ ਕੋਸ਼ਿਸ਼ ਕੀਤੀ ਕਿ ਸੱਤ ਤੇ ਚੂਹਾ ਫਿਰ ਰਿਹਾ। ਇਹ ਕਮਰੇ 'ਚ ਜਾਣ ਦੇ ਦੇਰੀ ਹੋਈ ਤੇ ਛੱਤ ਇਹਨਾਂ ਦੇ ਉੱਪਰ। ਕੀ ਇਹ ਸੱਤ ਥੱਲੇ? ਹਾਂਜੀ ਸੱਤ ਦੇ ਥੱਲੇ ਹੀ। ਮੈਂ ਤੇ ਦੌੜ ਕੇ ਬਾਹਰ ਨਿਕਲੀ ਤੇ ਮੈਨੂੰ ਨਹੀਂ ਪਤਾ ਕਿ ਮੈਨੂੰ ਆਵਾਜ਼ਾਂ ਲਾ ਰਹੇ ਆ। ਮੈਨੂੰ ਇਸ ਗੱਲ ਦਾ ਬੜਾ ਅਫਸੋਸ ਆ ਕਿ ਇਹ ਮੈਨੂੰ ਅੰਦਰ ਆਵਾਜ਼ਾਂ ਦਿੰਦੇ ਰਹਿ ਗਏ ਤੇ ਮੈਂ ਇਹਨਾਂ ਦੀ ਆਵਾਜ਼ ਨਹੀਂ ਸੁਣ ਪਾਈ। ਜਦੋਂ ਮੈਂ ਬਾਹਰ ਨਿਕਲੀ ਤੇ ਫਿਰ ਇਹਨਾਂ ਨੇ ਮੈਨੂੰ ਉੱਚੀ ਆਵਾਜ਼ ਨਾਲ ਆਵਾਜ਼ ਦਿੱਤੀ। ਮੈਂ ਅੰਦਰ ਆਈ ਤੇ ਪੂਰੀ ਮਿੱਟੀ ਨਾਲ ਦੱਬੇ ਹੋਏ ਸੀ ਅੰਦਰ। ਇਹ ਮੁੰਡਿਆਂ ਨੂੰ ਫਿਰ ਮੈਂ ਬਾਹਰ ਆਵਾਜ਼ ਦਿੱਤੀ ਆ ਤੇ ਫਿਰ ਇਹ ਬੇਟੇ ਆਏ ਆ ਅੰਦਰ। ਇਹਨਾਂ ਨੇ ਦਰਵਾਜ਼ਾ ਤੋੜਿਆ ਤੇ ਫਿਰ ਇਹਨਾਂ ਨੂੰ ਬਾਹਰ ਕੱਢਿਆ। ਹਾਂਜੀ ਭਾਜੀ, ਇਹਨਾਂ ਦੇ ਪਾਣੀ ਵੀ ਕਮਰਿਆਂ ਦੇ ਵਿੱਚ ਆ ਜਾਂਦਾ ਸੀ। ਪਿੰਡ ਦਾ ਜਿੰਨਾ ਵੀ ਪਾਣੀ ਸਾਰਾ ਇੱਧਰ ਆਣ ਕੇ ਇਕੱਠਾ ਹੋ ਜਾਂਦਾ ਵਾ। ਇੱਧਰ ਦੇ ਲੋਕ ਬੜੇ ਪਰੇਸ਼ਾਨ ਆ ਪਾਣੀ ਤੋਂ। ਇਹ ਪਾਣੀ ਦਾ ਵੀ ਕੋਈ ਸੁਝਾਵ ਕੱਢਣਾ ਚਾਹੀਦਾ ਵਾ ਕਿ ਇਹ ਪਾਣੀ ਜਿਹੜਾ ਵਾ ਮਤਲਬ ਨਾ ਇੱਧਰ ਇਕੱਠਾ ਹੋਇਆ ਜਾਵੇ, ਕਿਉਂਕਿ ਤੁਹਾਨੂੰ ਪਤਾ ਗਰੀਬ ਲੋਕ ਆਪਣੇ ਆਪਣੇ ਘਰਾਂ ਦੀ ਰੋਟੀ ਰੋਜ਼ ਦੀ ਚਲਾ ਸਕਦੇ, ਇੰਨੀ ਜਲਦੀ ਕਮਰੇ ਨਹੀਂ ਖੜੇ ਕਰ ਸਕਦੇ। ਮੇਰਾ ਨਾਮ ਸਮੀਤਾ ਆ, ਮੇਰਾ ਪਿੰਡ ਸ਼ਾਹਪੁਰ ਜਾਜਾ। ਸਰਕਾਰ ਤੋਂ ਕੀ ਆਪਾਂ ਮੰਗ ਕਰਦੇ ਹਾਂ? ਅਸੀਂ ਮੰਗ ਕਰਦੇ ਹਾਂ ਕਿ ਮਤਲਬ ਜਿੰਨਾ ਪਾਣੀ ਇੱਧਰ ਦਾ ਇਕੱਠਾ ਹੁੰਦਾ ਵਾ ਸਰਕਾਰ ਇਹ ਸੁਝਾਵ ਕੱਢੇ। ਤੇ ਅਸਲ ਮਰੀਜ਼ ਦੀ ਹਾਲਤ ਕਿੱਦਾਂ ਦੀ ਤੁਹਾਨੂੰ ਲੱਗ ਰਹੀ ਹੈ? ਮਰੀਜ਼ ਦੀ ਤੁਹਾਡੇ ਸਾਹਮਣੇ ਹੀ ਆ, ਸੱਟ ਤੇ ਇਹਨਾਂ ਨੂੰ ਜ਼ਰੂਰ ਲੱਗੀ ਆ, ਬਟ ਅਜੇ ਦੱਸ ਨਹੀਂ ਰਹੇ ਕਿ ਕੀ ਕਾਰਨ ਆ ਇਹਦਾ। ਤੁਸੀਂ ਪੁਲਿਸ ਪ੍ਰਸ਼ਾਸਨ ਜਾਂ ਸਿਵਲ ਪ੍ਰਸ਼ਾਸਨ ਨੂੰ ਇਨਫੋਰਮ ਕੀਤਾ? ਨਹੀਂ ਭਾਜੀ, ਕੋਈ ਕਾਰਨ ਤਾਂ ਕਰਨਾ ਚਾਹੀਦਾ ਤੁਹਾਨੂੰ ਪਤਾ? ਹਾਂਜੀ ਕਰਨਾ ਚਾਹੀਦਾ। ਸਾਜਨ ਸਿੰਘ ਜੀ, ਜਦੋਂ ਤੁਹਾਡੇ ਘਰ ਦੀ ਛੱਤ ਡਿੱਗੀ ਹੈ ਤਾਂ ਕੀ ਕਾਰਨ ਹੈ? ਭਾਜੀ ਇਹ ਮੀਂਹ ਦੇ ਕਾਰਨ ਡਿੱਗੀ ਹੈ। ਮੀਂਹ ਜਦੋਂ ਆਉਂਦਾ ਵਾ ਤੇ ਬਾਲੇ ਸਾਰੇ ਗਲ ਗਏ ਸੀ ਤੇ ਉਹ ਕਾਰਨ ਦੇ ਵਿੱਚ ਛੱਤ ਡਿੱਗੀ ਜੀ। ਮੀਂਹ ਜੀ ਨਾ ਦੇਖੋ। ਅੱਛਾ, ਜਦੋਂ ਛੱਤ ਡਿੱਗੀ ਤਾਂ ਮੰਮੀ ਤੁਹਾਡੇ ਥੱਲੇ ਆਏ ਨੇ? ਮੰਮੀ ਹਾਂਜੀ ਥੱਲੇ ਆਏ ਸੀ। ਮੈਂ ਤੇ ਘਰੇ ਨਹੀਂ ਹੈਗਾ ਤੇ ਮੈਨੂੰ ਤਾਂ ਬਾਜ਼ਾਰੋਂ ਮੁੰਡੇ ਨੇ ਬੁਲਾ ਕੇ ਲਿਆਂਦਾ ਤਾਂ ਤੇ ਮਹੱਲੇ ਦੇ ਮੁੰਡਿਆਂ ਨੇ ਆਣ ਕੇ ਦਰਵਾਜ਼ਾ ਤੋੜਿਆ ਤੇ ਫਿਰ ਮੰਮੀ ਨੂੰ ਥੱਲੇੋਂ ਕੱਢਿਆ ਜੀ। ਇਸ ਵੇਲੇ ਕੀ ਹਾਲਾਤ ਤੁਹਾਡੇ ਮਾਂ ਤੱਕ? ਵੇਖ ਲਓ, ਸੱਟਾਂ ਲੱਗੀਆਂ ਵਾ, ਇੰਨੇ ਸੀਰੀਅਸ ਆ ਕਿ ਮੈਂ ਮੇਰੇ ਕੋਲ ਮੇਰੀ ਤਾਂ ਇੰਨੀ ਔਕਾਤ ਵੀ ਨਹੀਂ ਹੈਗੀ ਕਿ ਮੈਂ ਉਹਨਾਂ ਦਾ ਇਲਾਜ ਹੀ ਕਰਾ ਸਕਾਂ। ਕੀ ਸਰਕਾਰ ਨੂੰ ਫਿਰ ਆਪਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ ਹਾਂ? ਪ੍ਰਸ਼ਾਸਨ ਕੋ ਇਹੋ ਮੰਗ ਕਰਨੇ ਆ ਕਿ ਗਰੀਬਾਂ ਦੀ ਥੋੜ੍ਹੀ ਜਿਹੀ ਸੁਣਾਈ ਹੋਵੇ। ਕਮਰਾ ਡਿੱਗ ਗਿਆ, ਮੈਂ ਅੰਦਰ ਆ ਗਈ, ਮੈਂ ਅਗਰ ਰੋਲਾ ਰਾਲਾ ਪਾ ਕੇ ਲੋਕਾਂ ਨੇ ਮੈਨੂੰ ਕੱਢਿਆ ਬਾਹਰ। ਕੀ ਛੱਤ ਡਿੱਗੀ ਆ? ਹਾਂਜੀ, ਮੈਂ ਥੱਲੇ ਆ ਗਈ ਤੇ ਛੱਤ ਡਿੱਗ ਗਈ ਮੇਰੇ। ਛੱਤ ਡਿੱਗਣ ਦਾ ਕਾਰਨ ਕੀ ਹੈ? ਮੀਂਹ ਦਾ ਕਾਰਨ, ਸਾਡੇ ਘਰ ਪਾਣੀ ਪੂਣੀ ਬੜਾ ਆਉਂਦਾ, ਜੋ ਸਾਰੇ ਲੋਕ ਮਤਲਬ ਸਾਰੇ ਸ਼ਾਹਪੁਰ ਦਾ ਪਾਣੀ ਇੱਧਰ ਕੱਢ ਛੱਡਿਆ। ਅੱਛਾ, ਤੇ ਜਦੋਂ ਛੱਤ ਡਿੱਗੀ ਆ ਤੂੰ ਥੱਲੇ ਆ ਤੇ ਤੁਹਾਨੂੰ ਫਿਰ ਕੱਢਿਆ ਕਿਨਾ? ਮੈਂ ਰੋਲਾ ਪਾਉਂਦੀ ਰਹਿ ਗਈ, ਆਪਣੇ ਗਵਾਂਢੀਆਂ ਨੂੰ ਆਵਾਜ਼ਾਂ ਮਾਰਨ ਡਈ ਹਾਂ, ਕਦੀ ਮੈਂ ਉਹਨੂੰ ਸੀਤਾ ਸੱਤੇ ਆ ਸੱਤੇ ਇਸ ਤਰ੍ਹਾਂ ਬਸ ਕਰਦੀ ਰਹੀ। ਹੁਣ ਕਿ ਗਲੀ 'ਚ ਬਾਜ਼ਾਰ 'ਚ ਮੁੰਡੇ ਖਲੋਤੇ, ਫਿਰ ਉਹ ਆਏ ਰੋਲਾ ਰਾਲਾ ਪਿਆ, ਫਿਰ ਉਹਨਾਂ ਮੈਨੂੰ ਕੱਢਿਆ ਆਣ ਕੇ ਮਿੱਟੀ ਵਿੱਚ। ਤੁਹਾਡੀ ਤਬੀਅਤ ਕਿੱਦਾਂ ਇਸ ਵੇਲੇ? ਮੇਰੀ ਬਹੁਤ ਜ਼ਿਆਦਾ ਹਾਲਤ ਮਾੜੀ ਆ, ਮੇਰੀਆਂ ਲੱਤਾਂ ਨੂੰ ਪਤਾ ਨਹੀਂ ਕਿਵੇਂ ਟੁੱਟ ਟੁੱਟ ਗਈਆਂ, ਕੀ ਹਿਸਾਬ ਆ। ਹਸਪੀਟਲ ਜਾਣਾ ਚਾਹੁੰਦੇ ਤੁਸੀਂ ਆਖਰ? ਲੈ ਜਾਓ ਤਾਂ ਚੰਗੀ ਗੱਲ ਆ। ਹਾਂਜੀ ਵੀਰੇ, ਕੀ ਨਾਮ ਆਪਣਾ? ਮੇਰਾ EMT ਪੰਕਜ ਜੋਸ਼ੀ। ਕਿਹੜੀ ਸਰ PSC? PSC ਧਿਆਨਪੁਰ ਦੀ ਐਂਬੂਲੈਂਸ। ਤੇ ਕੀ ਕਾਰਨ ਸਰ ਇਸ ਵੇਲੇ ਕਿੱਥੇ ਪਹੁੰਚੇ ਤੇ ਕਿਹੜੇ ਪਿੰਡ ਪਹੁੰਚੇ? ਸ਼ਾਹਪੁਰ ਜਾਜਨ ਪਿੰਡ ਦੇ ਵਿੱਚ ਆਪਾਂ ਆਏ ਆ। ਇਸ ਟਾਈਮ ਇਹਨਾਂ ਦੇ ਘਰ ਦੀ ਛੱਤ ਡਿੱਗੀ ਹੈ ਤੇ ਪੇਸ਼ੈਂਟ ਥੱਲੇ ਆ ਗਿਆ, ਇਦਾਂ ਦੇ ਛੱਤ ਦੇ ਥੱਲੇ ਆ ਗਿਆ, ਜਿਹਦੇ ਕਰਕੇ ਥੋੜਾ ਜਿਹਾ ਗੰਭੀਰ ਜ਼ਖਮੀ ਹੈ ਤੇ ਇਹਨੂੰ ਆਪਾਂ ਤੁਰੰਤ ਹਸਪੀਟਲ ਲੈ ਕੇ ਜਾ ਰਹੇ ਹਾਂ ਫਸਟ ਏਡ ਦੇਣ ਤੋਂ ਬਾਅਦ। ਪੰਜਾਬ ਦੇ ਵਿੱਚ ਹੜ ਆਉਣ ਨਾਲ ਜਿੱਥੇ ਕਿ ਪੂਰੇ ਪੰਜਾਬ ਦੇ ਵਿੱਚ ਪਾਣੀ ਨੇ ਤਹਿਸ ਨਹਿਸ ਕਰ ਦਿੱਤਾ, ਉੱਥੇ ਹੀ ਜੇ ਅਸੀਂ ਵੇਖੀਏ ਤਾਂ ਇਸ ਦੀ ਸਭ ਤੋਂ ਵੱਡੀ ਮਾਰ ਗਰੀਬਾਂ ਨੂੰ ਝੱਲਣੀ ਪੈ ਰਹੀ ਹੈ, ਕਿਉਂਕਿ ਉਹਨਾਂ ਨੂੰ ਖਾਣ ਪੀਣ ਦਾ ਅਤੇ ਨਾਲ ਹੀ ਰਹਿਣ ਦੇ ਲਈ ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਨਾਲ ਹੀ ਉਹ ਆਪਣੇ ਘਰਾਂ ਤੋਂ ਬੇਘਰ ਹੋ ਗਏ ਨੇ ਅਤੇ ਖਾਣ ਨੂੰ ਰੋਟੀ ਵੀ ਉਹਨਾਂ ਨੂੰ ਨਸੀਬ ਨਹੀਂ ਹੋ ਰਹੀ।